ਸਿੱਖਾਂ ਨੂੰ ਅਰਜ਼ ਕਰਨ ਜਾਓ। ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਇਹੋ ਜਿਹੇ ਅਹੁਦਿਆਂ ਦੇ ਸਿੱਖ ਬੈਠੇ ਦਾੜੇ ਕਿਸ ਹਿਸਾਬ ਦੇ ਸਬਕ ਲਈ ਬੈਠੇ ਨੇ। ਅਤੇ ਤੁਸੀਂ ਨਾਮਕਾਰੀ ਕੀ ਦੂਸਰੇ ਸਿੱਖ ਕੀ ਆਪਣਾ ਸਿੱਖੀ ਸਰੂਪ ਨਾ ਗਵਾਓ। ਇਹ ਤੁਸੀਂ ਇਹ ਚੇਤਾ ਰੱਖੋ ਵੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਚਾਰ ਸਾਹਿਬਜ਼ਾਦੇ ਸਾਡੇ ਵਾਸਤੇ ਵਾਰੇ ਨੇ, ਤੁਹਾਨੂੰ ਆਖਿਆ ਵੀ ਤੁਸੀਂ ਮੇਰੇ ਪੁੱਤਰ ਹੋ, ਮੈਨੂੰ ਨਾ ਪੁੱਤਰਾਂ ਹੀ ਲਓ। ਇਹ ਧਿਆਨ ਰੱਖੋ ਇਸ ਗੱਲ ਦਾ। ਸਾਡੇ ਪੁੱਤਰ ਨੂੰ ਕਸੂਰ ਦਿੱਤੇ, ਸਾਨੂੰ ਬੜੀ ਗੱਲ ਜਾਪਦੀ। ਸਗੁਰਾਂ ਨੇ ਆਪਣੇ ਸਾਹਿਬਜ਼ਾਦੇ ਸ਼ਹੀਦ ਕਰਾਏ ਇਸ ਕੰਮ ਵਾਸਤੇ। ਅਤੇ ਆਪਣੇ ਇਸ ਸਰੂਪ ਦਾ ਧਿਆਨ ਰੱਖੋ, ਮਾਸ ਸ਼ਰਾਬ ਆਂਡੇ ਸਿਗਰਟਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਸ਼ਰਾਬ ਐਸੀ ਚੀਜ਼ ਹੈ ਕਿਸੇ ਵੀ ਸੰਸਥਾ ਵਿੱਚ ਪ੍ਰਵਾਨ ਨਹੀਂ, ਨਾ ਹਿੰਦੂਆਂ 'ਚ ਪ੍ਰਵਾਨ, ਨਾ ਮੁਸਲਮਾਨਾਂ 'ਚ ਪ੍ਰਵਾਨ, ਨਾ ਸਿੱਖਾਂ 'ਚ ਪ੍ਰਵਾਨ, ਅਤੇ ਤੁਰੀ ਸਾਰਿਆਂ 'ਚ ਫਿਰਦੀ ਫਿਰੇ। ਅਤੇ ਇਹ ਸਾਰਾ ਮਾਇਆ ਦਾ ਪ੍ਰਭਾਵ ਹੈ। ਉਹ ਨਹੀਂ ਦੇਖਦੀ ਕਿ ਹਿੰਦੂ ਹੈ, ਮੁਸਲਮਾਨ ਹੈ, ਇਹ 6 ਫੁੱਟ ਲੰਮਾ ਹੈ, 2 ਫੁੱਟ ਉੱਚਾ ਹੈ। ਉਹ ਸਾਰਿਆਂ ਦੇ ਵਿੱਚ ਜਾ ਵੜਦੇ ਹੈ। ਮਨ ਜੋਗੀ ਸਾਸਤਰਕ ਕਹਾਵਤ, ਸਭ ਕੀਨੇ ਬਸ ਆਪਣੇ ਹੀ, ਤੀਨ ਦੇਵ ਅਰ ਕੋਟ ਦੇ ਦੀਸਾ, ਤਿਨ ਕੀ ਹੈਰਤ ਕਛ ਨ ਰਹੀ, ਬਲਵੰਤ ਵਿਆਪ ਰਹੀ ਸਭ ਮਹੀ, ਜੀਤ ਜੀਤ ਜੀਤੇ ਸਭ ਸਾਨਾ, ਸਗਲ ਭਵਨ ਲਪ ਰਹੀ, ਅਵਰ ਨ ਜਾਣ ਸਕੋ ਮਰਮਾ, ਗੁਰ ਕਿਰਪਾ ਦੇ ਲਈ। ਆਖਰੀ ਤੋਂ ਤੁਸੀਂ ਲਿਖਦੇ ਨੇ ਕਹੋ ਨਾਨਕ ਸਾਧ ਦੇ ਭਾਗੀ, ਉਹ ਬਣ ਜਾਓ ਫਿਰ ਭਜੇਗੀ ਤੁਹਾਡੇ ਕੋਲ। ਕਹੋ ਨਾਨਕ ਸਾਧ ਦੇ ਭਾਗੀ, ਹੋਏ ਚੇਰੀ ਚਰਨ ਗਈ।